ਸਰਟੀਫਾਈਡ ਬਿਲਡਰ ਸਿਟੀ ਵਿਊ ਹੋਮਸ ਲਿਮਿਟਡ ਤੁਹਾਡੇ ਸੁਪਨਿਆਂ ਦਾ ਨਵਾਂ ਘਰ ਬਣਾਉਣ ਵਿੱਚ ਮਾਹਿਰ ਹਨ। ਜੇਕਰ ਕਸਟਮ ਬਿਲਟ ਹੋਮ ਬਣਾਉਣਾ ਚਾਹੁੰਦੇ ਹੋ ਤਾਂ ਹੋਰ ਕਿਤੇ ਜਾਣ ਦੀ ਲੋੜ ਨਹੀਂ। ਇਸ ਦੇ ਨਾਲ ਹੀ ਸਿਟੀ ਵਿਊ ਡਰਾਈਵਾਲ ਲਿਮਿਟਡ ਵੱਲੋਂ ਡਰਾਈਵਾਲ ਬੋਰਡਿੰਗ, ਟੇਪਿੰਗ, ਸਟੀਲ ਸਟੱਡਸ ਅਤੇ ਇੰਸੂਲੇਸ਼ਨ ਪਾਉਣ ਦੇ ਨਾਲ ਨਾਲ ਹਰ ਤਰ੍ਹਾਂ ਦੀ ਰੈਨੋਵੇਸ਼ਨ ਦਾ ਕੰਮ ਪਿਛਲੇ 12 ਸਾਲ ਤੋਂ ਕੀਤਾ ਜਾ ਰਿਹਾ ਹੈ। ਹੁਣੇ ਫੋਨ ਘੁਮਾਓ ਮਨਜੋਤ ਸਮਰਾ 604-782-4041 ਅਤੇ ਗੁਰਪ੍ਰੀਤ ਸਮਰਾ 604-537-6671। ਸਿਟੀ ਵਿਊ ਡਰਾਈਵਾਲ ਲਿਮਿਟਡ। ਗਣਪ੍ਰੀਤ, ਤੁਹਾਨੂੰ ਚੇਤਾ ਹੋਣਾ ਕਿ ਪਿਛਲੇ ਸਾਲ ਅਸੀਂ ਇੱਕ ਟੂਰਨਾਮੈਂਟ, ਅਸੀਂ ਬਹੁਤ ਬਿਜ਼ੀ ਸੀ, ਉਸ ਦਾ ਨਾਂ ਸੀ ਚੈਂਪੀਅਨ ਕਬੱਡੀ ਲੀਗ। ਇਸ ਟੂਰਨਾਮੈਂਟ ਨੂੰ ਅਸੀਂ ਫੇਸਬੁੱਕ 'ਤੇ ਵੀ ਕਵਰ ਕੀਤਾ, ਔਨਲਾਈਨ ਵੀ ਆਪਾਂ ਦਿਖਾਇਆ, ਟੀਮ ਪੰਜਾਬੀ ਵੈਬਸਾਈਟ 'ਤੇ ਆਪਾਂ ਕਿੰਨੀਆਂ ਉਹਦੀਆਂ ਕਲਿਪਸ ਅਸੀਂ ਪਾਈਆਂ। ਇਹ ਬਹੁਤ ਵਧੀਆ ਟੂਰਨਾਮੈਂਟ ਸੀ। ਜਦੋਂ ਦੀ ਆਪਾਂ ਇਸ ਟੂਰਨਾਮੈਂਟ ਨਾਲ ਇਨਵੋਲਵ ਹੋਏ, ਸਾਨੂੰ ਪਤਾ ਕਿ ਟੀਮ ਪੰਜਾਬੀ ਨੂੰ ਕਿੰਨੇ ਰਿਸਪੋਂਸ ਆਏ। ਐਵਰੀਬਡੀ ਵਾਂਟਡ DVDs, ਕਲਿਪਸ, ਦੇ ਵਾਂਟਡ ਦੇਅਰ ਓਨ ਪਲੇਅਰਸ ਟੂ ਬੀ ਇੰਟਰਵਿਊਡ। ਸੋ ਦਿਸ ਇਜ਼ ਵਾਈ ਆਪਾਂ ਦਿਖਾਉਂਦੇ ਰਹਿੰਦੇ ਹਾਂ ਚੈਂਪੀਅਨਸ ਕਬੱਡੀ ਲੀਗ 'ਤੇ, ਬਿਕੋਜ਼ ਇਹ ਬਹੁਤ ਵਧੀਆ ਟੂਰਨਾਮੈਂਟ ਸੀਗਾ। ਪਲੀਜ਼ ਸਾਡੇ ਦਰਸ਼ਕਾਂ ਨੂੰ ਇਹਨਾਂ ਥੋੜ੍ਹੀ ਜਿਹੀ ਹੋਰ ਡੀਟੇਲ ਦੱਸੀ ਆਪਾਂ। ਹਾਂਜੀ, ਚੈਂਪੀਅਨਸ ਕਬੱਡੀ ਲੀਗ ਦਾ ਸੀਜ਼ਨ 2 ਵੀ ਜਲਦ ਹੀ ਆਉਣ ਵਾਲਾ ਹੈ, ਜਿਸ ਦੀ ਅਸੀਂ ਤੁਹਾਡੇ ਲਈ ਜਾਣਕਾਰੀ ਬਹੁਤ ਹੀ ਜਲਦ ਲੈ ਕੇ ਆਵਾਂਗੇ। ਪਰ ਪਹਿਲਾਂ ਦੇਖਦੇ ਹਾਂ ਚੈਂਪੀਅਨਸ ਕਬੱਡੀ ਲੀਗ ਦੇ ਮੈਚ ਤੋਂ ਕੁਝ ਹਾਈਲਾਈਟਸ। ਜਨੇਰ ਸਿੰਘ ਆਮਨਾ ਜੋ ਖੁੱਚ ਫੜਨ ਦਾ ਮਾਹਰ ਹੈ, ਅਤੇ ਨਾਲ ਫੌਜੀ ਚੀਮੇ ਜੋਧਪੁਰ ਦਾ ਜੋ ਨੌਜਵਾਨ ਚੀਮ ਦੀ ਕੰਧ ਦੇ ਤੌਰ 'ਤੇ ਜਾਣਿਆ ਜਾਂਦਾ, ਲੋਕ ਪਹਿਲੀ ਕਬੱਡੀ ਜਿਹੜੀ ਜੱਗੀ ਝੂੰਦੜ ਦੀ ਪੈ ਚੁੱਕੀ ਹੈ, ਅਤੇ ਚਾਰ ਸਟੋਪਰ ਪੂਰੀ ਤਿਆਰੀ ਦੇ ਵਿੱਚ ਹੈ। ਅਤੇ ਚਾਰਾਂ ਦੇ ਵਿੱਚੋਂ ਦੇਖੋ ਜਿਸ ਨੌਜਵਾਨ ਦੀ ਗੱਲ ਕੀਤੀ, ਜਗਾਲ ਵਾਲਾ ਬਿੱਟੂ, ਪਰ ਰੈਫਰੀ ਦਾ ਕੀ ਫੈਸਲਾ ਹੈ? ਰੈਫਰੀ ਨੇ ਫੈਸਲਾ ਦਿੱਤਾ ਵੀ ਡਬਲ ਟੱਚ ਕਰਕੇ ਇਹ ਪੁਆਇੰਟ ਜਿਹੜਾ ਰੇਡਰ ਦੇ ਸੇ ਹੈ, ਇਹ ਪੁਆਇੰਟ ਜੱਗੀ ਭੂੰਦੜ ਆਪਣੀ ਟੀਮ ਦੇ ਸੇ ਜੁੜ ਗਿਆ। ਲਓ ਦੂਜੇ ਪਾਸੇ ਨੌਜਵਾਨ ਰਾਏ ਕੋਟ ਗੋਪੀ, ਇਹ ਆ ਰਾਏ ਕੋਟ ਜਾਂ ਗੋਪੀ ਜੋ ਕਬੱਡੀ ਪਾ ਰਿਹਾ, ਇਹ ਚਾਰ ਜਾਫੀਆਂ ਦੇ ਵਿੱਚ ਬੜੀ ਫੁਰਤੀ ਦੇ ਨਾਲ, ਲਓ ਗੁੱਡ ਜਜਮੈਂਟ ਅਤੇ ਕੱਦੂ ਡਬਲ ਟੱਚ ਦੇ ਨਾਲ ਇਹ ਵੀ ਪੁਆਇੰਟ ਜਿਹੜਾ ਪਹਿਲੇ ਦੋ ਅੰਕ ਜਿਹੜੇ ਹਰਪ੍ਰੀਤ ਦੇ ਡਬਲ ਟੱਚ ਦੇ ਰੇਡਰਾਂ ਨੂੰ ਰਾਹ ਮਿਲਿਆ। ਅਤੇ ਦੇਖੋ ਸਾਹਮਣੇ ਸ਼ੇਰਾ ਰਾਊ ਵਾਲੀ ਆ, ਅਵਜਿੰਦਰ ਸਿੰਘ ਪੂਰਾ ਨਾਂ ਹੈ, ਅਤੇ ਜੂੜੇ 'ਤੇ ਵੱਧਾ ਹੋਇਆ ਚਿੱਟਾ ਰੁਮਾਲ ਇਸ ਨੌਜਵਾਨ ਦੀ ਦਿੱਖ ਦੇ ਵਿੱਚ ਬਹੁਤ ਵਾਧਾ ਕਰ ਰਿਹਾ, ਅਤੇ ਕੀਪੇ ਭੂੰਦੜ ਦੇ ਨਾਲ ਟੱਕਰ ਪਈ ਹੋਈ ਹੈ, ਬੜਾ ਜ਼ਬਰਦਸਤ ਟੱਕਰ ਹੈ। ਅਤੇ ਸ਼ੇਰੇ ਦਾ ਵੀ ਮੇਰਾ ਖਿਆਲ ਹਰਪ੍ਰੀਤ ਜੀ ਬਹੁਤ ਵਧੀਆ ਜਿਹੜਾ ਹੁਣ ਤੱਕ ਰਸਮ ਹੈ, ਕੀ ਪਰਸੈਂਟ ਆ ਉਹ? ਬਿਲਕੁਲ ਜੀ, ਦੇਖ ਲਓ 94%, ਸੋ ਇਹ ਹੈਗਾ ਟਾਪ ਦਾ ਰੇਟ ਕਹਿ ਲਓ ਜੀ। ਇਸ ਮੈਚ ਤੋਂ ਪਹਿਲਾਂ 33 ਇਹਨੇ ਸਫਲਤਾ ਕੀਤੀਆਂ ਨੇ ਰੇਡਾਂ, ਜਿਹੜੇ 75% ਕਰਾਈਆਂ, ਸੋ ਬਹੁਤ ਸ਼ਾਨਦਾਰ ਪ੍ਰਦਰਸ਼ਨ ਇਹਦਾ ਚੱਲ ਰਿਹਾ। ਬਾਕੀ ਸਾਰੇ ਸੁਪਰ ਸਟਾਰ ਜਿਹੜੇ ਹੈਗੇ ਨੇ, ਇਹਨਾਂ ਦੇ 3-4 ਰੇਡ ਕਾਮਯਾਬ ਰਹੇ ਨੇ। ਬਿਲਕੁਲ ਬਿਲਕੁਲ, ਸਰੀ ਸੁਪਰ ਸਟਾਰ ਦੀ ਜਿਹੜੇ ਚਾਰੇ ਰੇਡਰ ਹੈ ਉਹ ਬਹੁਤ ਹੁੰਦਾ ਆਲਾ ਦਰਜੇ ਦੀ ਖੇਡ ਦਾ ਪ੍ਰਦਰਸ਼ਨ ਕਰ ਰਹੇ ਹੈ, ਬਹੁਤ ਵਧੀਆ ਪ੍ਰਦਰਸ਼ਨ ਕਰ ਰਹੇ ਹੈ। ਤੇ ਆਹ ਵੇਖੋ ਲਾਉਣ ਲੱਗ ਗਿਆ ਪੁਸ਼ਕਰ ਸੂਰਪਰੀ, ਅਮਨ ਜਨੇਤ ਪਰੀ, ਹਰਪ੍ਰੀਤ, ਜਿਵੇਂ ਆਪਾਂ ਗੱਲ ਕੀਤੀ ਵੀ ਚਾਰੇ ਸਟੋਪਰ ਜਿਹੜੇ ਚਾਰੇ ਸਟੋਪਰ ਹੈ ਬਹੁਤ ਤਕਨੀਕੀ ਸਟੋਪਰ ਹੈ, ਬਹੁਤ ਵਧੀਆ ਜਿਹਾ ਫੇਰ ਇਹਨੇ ਅੱਜ ਦਿਖਾਉਣੇ ਹੈ, ਅਤੇ ਮੀਤ ਖਾਈ ਵਾਲਾ ਕਬੱਡੀ ਪਾ ਰਿਹਾ। ਅਤੇ ਨੌਜਵਾਨ ਅੰਮ੍ਰਿਤਪਾਲ ਕੱਦੂ, ਜਿਸ ਨੌਜਵਾਨ ਨੇ ਪਹਿਲੇ ਵੀ ਜੱਫਾ ਲਾਇਆ, ਉਹ ਦੂਜਾ ਜੱਫਾ ਲਾਉਣ ਲਈ ਪੂਰਾ ਜ਼ੋਰ ਲੱਗਾ ਹੋਇਆ, ਐਨ ਚੱਪਾ 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 ਚਰਖਾ ਚੱਲਣ ਵਾਲੀ ਗੱਲ ਹੋਈ ਪਈ ਹੈ, ਅਤੇ ਕੋਈ ਮੌਕਾ ਨਹੀਂ ਮੀਤ ਖਾਈ ਵਾਲੇ ਨੂੰ ਕਿਸੇ ਪਾਸੇ ਭੱਜਣ ਦਾ। ਕੱਦੂ ਨੇ ਵੀ ਹੁਣ ਤੱਕ ਜਿਹੜਾ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ, ਅਤੇ ਕੱਦੂ ਹਰ ਇੱਕ ਮੈਚ ਦੇ ਵਿੱਚ ਬਹੁਤ ਟੌਪ ਦੀ ਫੇਮ ਵਾਲਾ ਖਿਡਾਰੀ ਬਣਿਆ ਹੋਇਆ। ਇਹ ਹੈ ਦੋਸਤੋ ਨੌਜਵਾਨ ਪਿੰਕਾ ਜਰਗ ਪਿੰਡ ਦਾ, ਜ਼ਿਲ੍ਹਾ ਲੁਧਿਆਣਾ, ਅਤੇ ਲੁਧਿਆਣੇ ਦਾ ਕਹਿੰਦੇ ਵੀ ਗੋਲਾ ਬੜਾ ਮਸ਼ਹੂਰ ਹੋਇਆ ਜਰਗ ਪਿੰਡ ਦਾ, ਅਤੇ ਗੋਲੇ ਦਾ ਹੋਣਹਾਰ ਸਪੁੱਤਰ ਹੈ। ਬਾਪੂ ਨੇ ਕਬੱਡੀ ਦੇ ਵਿੱਚ ਵੱਡੀਆਂ ਮੱਲਾਂ ਮਾਰੀਆਂ, ਅਤੇ ਪੁੱਤਰ ਵੀ ਕਬੱਡੀ ਦੇ ਵਿੱਚ ਵੱਡੀਆਂ ਮੱਲਾਂ ਮਾਰ ਰਿਹਾ, ਅਤੇ ਜਦੋਂ ਵਿਸ਼ਵ ਕਬੱਡੀ ਕੱਪ ਹੋਇਆ ਔਰ ਜਦੋਂ ਲੀਗ ਹੋਈ ਹੈ, ਉਸ ਲੀਗ ਦੇ ਵਿੱਚ ਇਸ ਨੌਜਵਾਨ ਨੇ ਪਾਕਿਸਤਾਨੀ ਦੇ ਵਿਰੁੱਧ ਬਹੁਤ ਟੌਪ ਦਾ ਪ੍ਰਦਰਸ਼ਨ ਕੀਤਾ। ਅਤੇ ਰਵੀ ਹਰਿਆਣੇ ਵਾਲਾ, ਕੋਈ ਜੋਗੀ ਕਹਿੰਦਾ ਕੋਈ ਰਵੀ ਕਹਿੰਦਾ, ਇਹ ਹੈ ਰਵੀ, ਮਤਲੌਡਾ ਪਿੰਡ ਹੈ ਹਰਿਆਣੇ ਦਾ। ਮੇਰਾ ਖਿਆਲ ਹੈ ਵੀ ਹਰਪ੍ਰੀਤ ਇੱਕੋ ਇੱਕ ਖਿਡਾਰੀ ਹੈ ਜਿਹੜਾ ਇਸ ਲੀਗ ਦੇ ਵਿੱਚ ਹਰਿਆਣੇ ਸਟੇਟ ਤੋਂ ਪੁੱਜਿਆ, ਅਤੇ ਭਰਮਾ ਸਰੀਰ ਹੈ ਔਰ ਗੱਜ ਚੌੜੀ ਛਾਤੀ ਹੈ, ਅਤੇ ਬਹੁਤ ਜਾਨਦਾਰ ਤਰੀਕੇ ਨਾਲ ਫਿਰ ਜਿਹੜਾ ਪੱਟ ਫੜਿਆ ਗਿਆ ਔਰ ਦੋਨੇ ਖੁੱਚਾਂ ਫੜੀਆਂ ਹੋਈਆਂ, ਜ਼ੋਰ ਲੱਗਾ ਹੋਇਆ। ਵਾਓ, ਇਹ ਨੌਜਵਾਨਾਂ ਬੜੀ ਫੁਰਤੀ ਨਾਲ, ਥੋੜ੍ਹੀ ਸੱਟ ਵੀ ਲੱਗਦੀ ਹੁੰਦੀ ਹੈ ਕਿਉਂਕਿ ਕੈਂਚੀ ਜਿਹੜੀ ਬੜੀ ਫਾਸਟ ਲੱਗੀ ਹੈ ਕੈਂਚੀ। ਜੱਗੀ ਭੂੰਦੜ, ਇਹ ਹੈ ਨੌਜਵਾਨ ਭੂੰਦੜ ਪਿੰਡ ਦਾ ਜੱਗੀ, ਜੋ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ, ਅਤੇ ਚਾਰ ਜਾਫੀ ਦਲਜਿੰਦਰ ਸਿੰਘ ਔਜਲਾ ਮੱਠਡਿਆਂ ਵਾਲਾ, ਬਾਪੂ ਦੀਪੇ ਨੇ ਬਹੁਤ ਤਕੜੀ ਕਬੱਡੀ ਖੇਡੀ ਹੈ, ਅਤੇ ਪੁੱਤਰ ਵੀ ਜਿੱਥੇ ਵਿਸ਼ਵ ਕਬੱਡੀ ਕੱਪ ਖੇਡ ਚੁੱਕਿਆ ਉੱਥੇ ਲੀਗ ਦੇ ਵਿੱਚ ਵੀ ਬਹੁਤ ਉਹਨਾਂ ਦਾ ਪ੍ਰਦਰਸ਼ਨ ਜਿਹੜਾ ਇਸ ਖਿਡਾਰੀ ਦਾ
ਦੇਖਣ ਨੂੰ ਮਿਲਣਾ ਅਤੇ ਰਾਏਕੋਟੀਆ ਗੋਪੀ ਸਰੀਰ ਨੌਜਵਾਨ ਦਾ ਪੂਰਾ ਗੁੰਦਿਆ ਪਿਆ ਐਨ ਜਿਵੇਂ ਕਹਿੰਦੇ ਵੀ ਪੋਟਾ ਭਰ ਕੇ ਦੇ ਮਾਸ ਵਾਧੂ ਨਹੀਂ ਦਿਖਾ ਰਹੇ ਪੈਰਾਂ ਦਾ ਫੁੱਟਵਰਕ ਬੜਾ ਤੇਜ਼ ਹੈ ਤਾਂ ਉਹ ਦੋ ਨੰਬਰ ਤੋਂ ਬੜੀ ਫੁਰਤੀ ਦੇ ਨਾਲ ਪਰ ਰੈਫਰੀ ਨੇ ਬਿਲਕੁਲ ਸਹੀ ਜਜਮੈਂਟ ਕਰਕੇ ਐਨ